ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਬੀਤੀ ਦਿਨੀ ਖਬਰ ਆਈ ਸੀ ਕਿ ਅਮਰੀਕਾ ਦੇ ਟੈਕਸਸ ਦੇ ਵਿੱਚ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬੀ ਫਿਲਮ ਅਤੇ 뮤직 ਇੰਡਸਟਰੀ ਦੇ ਕਈ ਕਲਾਕਾਰਾਂ ਨੇ ਉਹਨਾਂ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ਰਧਾਂਜਲੀ ਦਿੱਤੀ ਹੈ। ਲੇਟ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਦਿੰਦਿਆਂ ਤਰਸੇਮ ਜੱਸਨ ਨੇ ਲਿਖਿਆ, ਪ੍ਰਾਊਡ ਆਫ ਆਰ ਫਸਟ ਟਰਮੀਨੇਟਰ ਸ਼ੇਰਿਫ ਇਨ ਟੈਕਸਸ। ਸੋਨਮ ਬਾਜਵਾ ਨੇ ਲਿਖਿਆ, ਰੈਸਟ ਇਨ ਪੀਸ। ਮੁੱਖ ਮੰਤਰੀ ਨੇ ਲਿਖਿਆ, ਹੀਰੋ ਨੈਵਰ ਡਾਈਜ਼। ਸਿੱਧੂ ਮੂਸੇਵਾਲਾ ਨੇ ਵੀ ਸੰਦੀਪ ਸਿੰਘ ਧਾਲੀਵਾਲ ਦੀ ਫੋਟੋ ਨੂੰ ਪੋਸਟ ਕਰਦਿਆਂ ਲਿਖਿਆ, ਰੈਸਟ ਇਨ ਪੀਸ ਬ੍ਰਦਰ। ਰਣਜੀਤ ਬਾਵਾ ਨੇ ਵੀ ਸੰਦੀਪ ਸਿੰਘ ਧਾਲੀਵਾਲ ਦੀ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਫੋਟੋ ਸ਼ੇਅਰ ਕੀਤੀ ਹੈ ਤੇ ਉਸਦੇ ਵਿੱਚ ਲਿਖਿਆ, ਰੈਸਟ ਇਨ ਪੀਸ ਵੀਰੇ, ਬਹੁਤ ਔਖਾ ਸੱਚੀ ਇਹ ਫੋਟੋ ਦੇਖ ਕੇ ਮਨ ਭਰ ਆਇਆ। ਬਿਨਾਂ ਬਾਪ ਦੇ ਬੱਚਿਆਂ ਦਾ ਬਹੁਤ ਔਖਾ ਹੋ ਜਾਂਦਾ, ਇਹ ਪੀੜ ਮੈਂ ਚੱਲੀ ਹੈ। ਮੇਰੇ ਵੀਰ ਸਲਿਊਟ ਯੂ, ਪਰਿਵਾਰ ਨੂੰ ਭਾਣਾ ਮਾਨਣ ਦਾ ਬਲ ਬਖਸ਼ੇ। ਦੱਸ ਦਈਏ ਤੁਹਾਨੂੰ ਕਿ ਲੇਟ ਡੈਪਟੀ ਸੰਦੀਪ ਸਿੰਘ ਧਾਲੀਵਾਲ ਟੈਕਸਸ ਦੇ ਦਸਤਾਰਧਾਰੀ ਪਹਿਲੇ ਸਿੱਖ ਆਫਿਸਰ ਸਨ ਅਤੇ ਟ੍ਰੈਫਿਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਨਿਯੁਕਤ ਸਨ। ਆਪਣੀ ਡਿਊਟੀ ਦੇ ਦੌਰਾਨ ਸੰਦੀਪ ਸਿੰਘ ਧਾਲੀਵਾਲ ਨੇ ਜਦ ਇੱਕ ਗੱਡੀ ਨੂੰ ਰੋਕਿਆ ਤੇ ਉਸ ਗੱਡੀ ਦੇ ਚਾਲਕ ਨੇ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।